ਵਧਾਰੋ ਕਰਾਂਗੇ ਦੱਸ ਦੇ ਕਿ ਸੁਪਰੀਮ ਕੋਰਟ ਦੇ ਵੱਲੋਂ ਬਿਆਰਿਆਣਾ ਤੇ ਪੰਜਾਬ ਨੂੰ ਨਿਰਦੇਸ਼ ਦਿੱਤੇ ਗਏ ਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਸਵੱਧ ਪੰਜਾਬ ਪੰਚਾਇਤ ਚੋਣ ਦਾ ਮਾਮਲਾ ਹੈ ਤੇ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਨਿਰਦੇਸ਼ ਦੇ ਦਿੱਤੇ ਨੇ ਲੰਬਿਤ ਪਈਆਂ ਚੋਣ ਪਟੀਸ਼ਨਾਂ ਦਾ ਮਾਮਲਾ ਜੁੜਾ ਹੈ ਇਸ ਤੇ ਇਹ ਨਿਰਦੇਸ਼ ਦਿੱਤੇ ਗਏ ਨੇ 6 ਮਹੀਨਾ ਦੇ ਵਿੱਚ ਨਿਪਟਾਰਾ ਕਰਨ ਦੇ ਨਿਰਦੇਸ਼ ਜੁੜੇ ਨੇ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦਿੱਤੇ ਗਏ ਨੇ ਕਿ ਆ ਕਿ ਪਟੀਸ਼ਨਰ ਜਿਨ੍ਹਾਂ ਨੂੰ ਚੋਣ ਲੜਨ ਦੇ ਲਈ ਨਾਮਜ਼ਦ ਨਹੀਂ ਕੀਤਾ ਗਿਆ ਉਹਨਾਂ ਨੂੰ ਹਾਈ ਕੋਰਟ ਦੇ ਸਾਹਮਣੇ ਰਿਵਿਊ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਤੇ ਚੱਲ ਜਾਈਗੀ ਤੇ ਵੱਡੀ ਖਬਰ ਹੈ ਪੰਜਾਬ ਪੰਚਾਇਤ ਚੋਣ ਦਾ ਮਾਮਲਾ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਨਿਰਦੇਸ਼ ਦਿੱਤੇ ਨੇ ਲੰਬਿਤ ਪਈਆਂ ਚੋਣ ਪਟੀਸ਼ਨ ਦਾ ਮਾਮਲਾ ਹੈ 6 ਮਹੀਨਾ ਦੇ ਵਿੱਚ ਨਿਪਟਾਰਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਨੇ ਨਾਲ ਹੀ ਕਿਹਾ ਗਿਆ ਕਿ ਪਟੀਸ਼ਨਰ ਜਿਨ੍ਹਾਂ ਨੂੰ ਕਿ ਚੋਣ ਲੜਨ ਦੇ ਲਈ ਨਾਮਜ਼ਦ ਨਹੀਂ ਕੀਤਾ ਗਿਆ ਉਹਨਾਂ ਨੂੰ ਹਾਈ ਕੋਰਟ ਦੇ ਸਾਹਮਣੇ ਰਿਵਿਊ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਤੇ ਵੱਡੀ ਖਬਰ ਹੈ ਦੱਸਦੇ ਕਿ ਪੰਜਾਬ ਪੰਚਾਇਤੀ ਚੋਣਾ ਨੂੰ ਲੈ ਕੇ ਜੁੜਾ ਸੁਪਰੀਮ ਕੋਰਟ ਦੇ ਵੱਲੋਂ ਇਹ ਵੱਡਾ ਨਿਰਦੇਸ਼ ਜੋ ਕਿ हाई कोर्ट ना गया है पाप से हरियाणा हाई कोर्ट न उन्होंने कहा है कि लंबित पइया चोन पटना का जो मामला है छह महीनिया निपटारा कर दिया जाए निर्देश जो है सुप्रम कोर्ट के वालों पाब हरियाणा हाई कोर्ट ना गया है नया कि पटनर जिन्हों की चोन लड़न के लिए नामजद नहीं किया गया उन्होंने हाई कोर्ट के सामने रिव्यू पटी दायर करने की जो इजाजत है दी जाएगी ਇਹ ਨਿਰਦੇਸ਼ ਦਿੱਤੇ ਗਏ ਨੇ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਕਿ ਲੰਬਿਤ ਪਈਆਂ ਚੋਣ ਪਟੀਸ਼ਨਾਂ ਦਾ ਮਾਮਲਾ ਚੜਾਇਆ ਉਸ ਨੂੰ ਨਿਪਟਾਇਆ ਜਾਵੇ 6 ਮਹੀਨਾ ਦੇ ਅੰਦਰ ਯੋਨਾ ਦਾ ਨਿਪਟਾਰਾ ਜੜਾ ਹੈ ਕਰਾਇਆ ਜਾਵੇ ਇਹ ਨਿਰਦੇਸ਼ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਦਿੱਤਾ ਗਿਆ ਕਿਹਾ ਗਿਆ ਕਿ ਪਟੀਸ਼ਨਰ ਜਿਨ੍ਹਾਂ ਨੂੰ ਕਿ ਚੋਣ ਲੜਨ ਦੇ ਲਈ ਨਾਮਜ਼ਦ ਨਹੀਂ ਕੀਤਾ ਗਿਆ ਉਹਨਾਂ ਨੂੰ ਹਾਈ ਕੋਰਟ ਦੇ ਸਾਹਮਣੇ ਰਿਵਿਊ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਜੁੜੀ ਹੈ ਉਹ ਦਿੱਤੀ ਜਾਵੇਗੀ ਸੁਪਰੀਮ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਹੈ